ਕੁਰਸੀ ਲਾ ਦਿਓ ਜਿੱਤੇ ਬਾਜਵੇ ਨੂੰ ਤੇ ਖੈਰੇ ਨੂੰ ਭਾ ਦਿਓ, ਇਹਨਾਂ ਨੂੰ ਫੀਲ ਲਗਾਵੇ ਕਿ ਮੁੱਖ ਮੰਤਰੀ ਦੇ ਇਹਨਾਂ ਦਾ ਜਲਦੀ ਝੜਨਾ। ਇੱਕ ਕੁਰਸੀ ਇੱਥੇ ਹੋਰ ਲਾ ਦਿਓ ਬਾਜਵਾ ਸਾਹਿਬ ਲਈ, ਇਹ ਬੇਚਾਰੇ ਤੜਫੀ ਜਾਂਦੇ। ਹੋਰ ਕੋਈ ਗੱਲ ਨੀ ਜੀ, ਨਾ ਇਹਨਾਂ ਦਾ ਕੋਈ ਮੁੱਦਾ, ਨਾ ਇਹਨਾਂ ਦਾ ਕੋਈ ਮੁੱਦਾ, ਲੋਕਾਂ ਦੀ ਗੱਲ ਹੀ ਕਰ ਦੇਣੀ ਆ। ਸਾਡੀ ਸਰਕਾਰ ਦੇ ਸਰ ਲੁਧਿਆਣਾ ਵਿਖੇ ਅੰਤਰਰਾਸ਼ਟਰੀ ਸਿਵਲੇਅਰ ਟਰਮੀਨਲ ਜਿਹੜਾ ਹਲਵਾਰੇ ਦਾ 135 ਕਰੋੜ ਰੁਪਏ ਲਾ ਕੇ ਜਿਹੜਾ ਉਹਨੂੰ ਜਿਹੜਾ ਬਣਾਇਆ ਜਾ ਰਿਹਾ, ਔਰ ਇੱਥੋਂ ਤੱਕ ਕਿ ਜਿਹੜੀਆਂ ਪੰਜਾਬ ਦੀਆਂ ਸੜਕਾਂ, ਪੰਜਾਬ ਦੇ ਜਿਹੜੇ ਟੋਬਿਆਂ ਦਾ ਕੰਮ ਹੈ ਸਾਡੇ ਬਾਰਡਰ ਦੇ ਏਰੀਏ ਦੇ ਵਿੱਚ, ਸਰ ਮੈਂ ਦੱਸਣਾ ਚਾਹੁੰਦਾ ਕਿ ਬਾਰਡਰ ਦੇ ਏਰੀਏ ਵਿੱਚ ਪਿਛਲੇ 20-25 ਸਾਲ ਤੋਂ ਵਿਕਾਸ ਦੀ ਇੱਕ ਗਿੱਟ ਨਹੀਂ ਸੀ ਲੱਗੀ। ਅੱਜ ਬਾਰਡਰ ਦੇ ਏਰੀਏ ਦੇ ਵਿੱਚ ਜਿੰਨਾ ਵਿਕਾਸ ਹੈ, ਜਿੰਨੇ ਟੋਬਿਆਂ ਦੇ ਕੰਮ ਹੋ ਰਹੇ, ਪੰਚਾਇਤ ਘਰ ਬਣ ਰਹੇ, ਕੱਲ ਵੀ ਸਾਡੇ ਨਾਲੇ ਦੇ ਵਿੱਚ ਜਿਹੜੇ ਗੋਤਿੰਗ ਸਾਨੂੰ ਜਿਹੜਾ ਉਹ ਮਹੱਲਾ ਕਲੀਨਿਕ ਮਾਨਯੋਗ ਮੁੱਖ ਮੰਤਰੀ ਸਾਹਿਬ ਅਤੇ ਡਾਕਟਰ ਦਲਜੀਤ ਸਿੰਘ ਜੀ ਨੇ ਦਿੱਤੇ। ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਸਾਡੀ ਸਰਕਾਰ ਹਰ ਪੱਖ ਦੇ ਵਿੱਚ ਪਿਛਲੇ 2 ਸਾਲ ਤੋਂ ਲਗਾਤਾਰ ਜਿਹੜਾ ਆਪਣਾ ਕੰਮ ਕਰ ਰਹੀ ਹੈ, ਆਪਣਾ ਕੰਮ ਜਿਹੜਾ ਲਗਾਤਾਰ ਜਾਰੀ ਰੱਖਿਆ। ਇਸ ਕਰਕੇ ਮੈਂ ਜਿਹੜਾ ਗਵਰਨਰ ਸਾਹਿਬ ਦੇ ਚਲੋ ਬੈਠ ਜਾਓ ਬਾਜਵਾ ਸਾਹਿਬ, ਪਲੀਜ਼ ਚੇਅਰ ਤੇ ਆਓ। ਰੰਧਾਵਾ ਸਾਹਿਬ ਬੈਠੋ ਪਲੀਜ਼। ਉਹ ਸਪੀਕਰ ਸਾਹਿਬ ਆ ਬੈਠੇ ਆ। ਰਾਜਾ ਜੀ ਬੈਠੋ ਪਲੀਜ਼, ਬੈਠੋ ਬੈਠੋ ਪਲੀਜ਼। ਮੁੱਖ ਮੰਤਰੀ ਨੂੰ ਭਜਾਉਣ ਵਾਲੇ ਵੇਖ ਲਓ, ਤੁਹਾਨੂੰ ਬੋਲਣ ਦਾ ਮੌਕਾ ਮਿਲਣਾ, ਹੁਣ ਬੈਠੋ ਬਹਿ ਜਾਓ। ਮੋਤੀਆ ਲਿਓ, ਆਪਣੇ ਦਾ ਨਾਮ ਆਣ ਲੱਗਾ ਜੀ, ਬਹਿ ਜਾਓ ਗੁਆਂਢੀਆਂ ਨੂੰ ਇਹਨਾਂ ਨੂੰ ਬਾਜਵਾ ਸਾਹਿਬ ਮੈਂ ਬੇਨਤੀ ਚਾਹੁੰਦਾ, ਮੈਂ ਬੇਨਤੀ ਕਰਨੀ ਚਾਹੁੰਦਾ ਕਿ ਚੇਅਰਸ ਤੇ ਆਜੋ ਪਲੀਜ਼ ਚੇਅਰਸ ਤੇ ਆਜੋ। ਪਾੜਾ ਸਾਹਿਬ ਚਲੋ ਪਲੀਜ਼ ਚੇਅਰ ਤੇ ਚਲੋ। ਨਹੀਂ ਹੁਣ ਤਾਂ ਆਜੋ ਪਲੀਜ਼, ਨਹੀਂ ਹੁਣ ਚੇਅਰ ਤੇ ਜਾਣਾ ਆਪਾਂ। ਤੁਸੀਂ ਕੁਛ ਕਹਿਣਾ ਚਾਹੁੰਦੇ ਹੋ ਬਾਜਵਾ ਸਾਹਿਬ, ਕੁਛ ਕਹਿਣਾ ਚਾਹੁੰਦੇ ਹੋ? ਨਹੀਂ ਬਾਜਵਾ ਸਾਹਿਬ ਕੁਛ ਕਹਿਣਾ ਚਾਹੁੰਦੇ ਹੋ? ਬਾਜਵਾ ਸਾਹਿਬ ਪਲੀਜ਼ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ? ਨਹੀਂ ਮਾਈਕ ਤੇ ਬੋਲੋ, ਮਾਈਕ ਤੇ ਗੱਲ ਕਰੋ ਅੱਗੇ। ਬਾਜਵਾ ਸਾਹਿਬ ਪਲੀਜ਼ ਚੇਅਰ ਤੇ ਆਓ। ਨਹੀਂ ਧਾਲੀਵਾਲ ਸਾਹਿਬ ਕੰਟੀਨਿਊ ਕਰੋ ਫਿਰ। ਧਾਲੀਵਾਲ ਸਾਹਿਬ ਕੰਟੀਨਿਊ ਕਰੋ ਸਰ। ਸਾਡੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਸਰਬਪੱਖੀ ਵਿਕਾਸ ਕਰ ਰਹੀ ਆ। ਇਹਨਾਂ ਤੋਂ ਬਾਅਦ ਬਾਰੀ ਦਿੰਦਾ। ਜਿਹੜੇ ਬੰਦੇ ਓਦਾਂ ਹੀ ਕਹੀ ਜਾਂਦੇ ਆ ਕਿ ਮੁੱਖ ਮੰਤਰੀ ਚਲਾ ਗਿਆ, ਮੁੱਖ ਮੰਤਰੀ ਕਿਤੇ ਨੀ ਜਾਂਦਾ ਜੀ। ਉਹ ਮਹਾਰਾਜ ਇਹ ਜਿਹੜੇ ਬਣੇ ਨੀ, ਇਹ ਵਿਚਾਰੇ ਤੜਫੀ ਜਾਂਦੇ ਆ, ਇਹਨਾਂ ਨੂੰ ਤੜਫਣ ਤੋਂ ਥੋੜਾ ਜਿਹਾ ਬਹਾਓ। ਇਹ ਪਾਣੀ ਜਿੱਦਾਂ ਮੱਛੀ ਪਾਣੀ ਤੋਂ ਬਿਨਾਂ ਨੀ ਨਾ ਰਹਿੰਦੀ, ਇਹ 75 ਸਾਲ ਕੁਰਸੀ ਤੋਂ ਬਿਨਾਂ ਨੀ ਰਹੇ, ਹੁਣ ਕੁਰਸੀ ਕੋਲ ਨੀ ਤੜਫੀ ਜਾਂਦੇ ਆ। ਇਹਨਾਂ ਨੂੰ ਕਹੋ ਨਾ ਤੜਫੋ ਯਾਰ, ਪੰਜਾਬ ਦੀ ਕੋਈ ਗੱਲ ਸੁਣ ਲਓ, ਇਹਨਾਂ ਦਾ ਤੜਫ ਇੱਦਾਂ ਨੀ ਹਟਣਾ। ਪੰਜਾਬ ਦੇ ਲੋਕਾਂ ਨੇ ਵੋਟਾਂ ਪਾਉਣੀਆਂ, 2 ਸਾਲ ਤੋਂ ਪੰਜਾਬ ਦੇ ਲੋਕ ਵੇਖੀ ਜਾਂਦੇ ਆ ਕਿ ਵਿਰੋਧੀ ਧਿਰ ਦਾ ਨੇਤਾ ਕੀ ਕਰ ਰਿਹਾ। ਵਿਰੋਧੀ ਧਿਰ ਦਾ ਨੇਤਾ ਇੱਦਾਂ ਹੁੰਦਾ? ਪੰਜਾਬ ਦੇ ਮੁੱਦਿਆਂ ਦੀ ਗੱਲ, ਪੰਜਾਬ ਦੀ ਕਿਸਾਨੀ ਦੀ ਗੱਲ ਕਰਦੇ, ਹੱਥਾਂ ਤੇ ਹੱਥ ਪਾ ਕੇ ਹੱਸਦੇ ਆ, ਉੱਚੀ ਉੱਚੀ ਹੱਸਦੇ ਆ, ਉਹ ਸਾਰੀ ਦੁਨੀਆਂ ਦੇਖ ਲਈ। ਸਰ ਸਾਜੀ ਸਾਜੀ ਬੈਠੋ, ਨਹੀਂ ਸਾਜੀ ਤੁਸੀਂ ਹੱਸਦੇ ਹੋ, ਸਾਜੀ ਤੁਸੀਂ ਪਰਮਟ ਲਿਆ, ਸਾਜੀ ਤੁਸੀਂ ਪਰਮਟ ਲਿਆ, ਚੇਅਰ ਨੂੰ ਐਡਰੈਸ ਕਰੋ, ਤੁਸੀਂ ਸਾਜੀ ਕੋ ਚੇਅਰ ਨੂੰ ਐਡਰੈਸ ਕਰੋ। ਸਾਜੀ ਪਰਮਟ ਆ ਤੁਹਾਡੇ ਕੋ, ਤੁਸੀਂ ਪੰਜਾਬ ਦੀ ਕੋਈ ਗੱਲ ਨਹੀਂ ਹੋਣ ਦਿੰਦੇ, ਤੁਸੀਂ ਬਹਿ ਕੇ ਆਪਣੀ ਕੁਰਸੀ ਦਾ ਕੰਮ ਚੇਅਰ ਨੂੰ ਐਡਰੈਸ ਕਰੋ। ਧਾਲੀਵਾਲ ਸਾਹਿਬ ਚੇਅਰ ਨੂੰ ਐਡਰੈਸ ਕਰੋ। ਸਰ ਮੈਂ ਚੇਅਰ ਨੂੰ ਐਡਰੈਸ ਕਰਦਿਆਂ, ਮੈਂ ਤਾਂ ਚੇਅਰ ਨੂੰ ਕਹਿੰਦਾ ਕਿ ਆ ਜਿਹੜਾ ਚੇਅਰ ਦੇ ਗਾਹਕੀ ਖਲੋਤੇ ਆ, ਇਹਨਾਂ ਦਾ ਕੋਈ ਇਲਾਜ ਕਰੋ, ਇਹਨਾਂ ਲਈ ਕੋਈ ਨਾ ਕੋਈ ਪ੍ਰਬੰਧ ਕਰੋ, ਇਹਨਾਂ ਨੇ ਸਾਡਾ ਸਾਰਾ ਮਾਹੌਲ ਖਰਾਬ ਕਰਤਾ। ਹੋ ਗਈ ਸਲਾਹ, ਇਹਨਾਂ ਦੀ ਬੈਠ ਜਾਣਾ। ਸਾਥੀ ਬਹਿ ਜਾਓ, ਉਹ ਸਾਥੀ ਬੈਠੋ, ਤੁਸੀਂ ਉਹ ਬੈਠੇ ਬੈਠ ਜਾਓ, ਉਹ ਸੁਣੋ ਤੁਸੀਂ। ਧਾਲੀਵਾਲ ਸਾਹਿਬ ਚੇਅਰ ਨੂੰ ਐਡਰੈਸ ਕਰੋ। ਸਾਥੀ ਤੁਸੀਂ ਬੈਠਾ, ਤੁਹਾਨੂੰ ਅਸੀਂ ਦੱਸੀਏ ਕਿ ਤੁਹਾਂ ਕਿੰਨਾ ਵਿਕਾਸ ਕੀਤਾ, ਅਸੀਂ ਕਿੰਨਾ ਕੀਤਾ। ਕੋਈ ਨੀ, ਕੋਈ ਗੱਲ ਨੀ ਸਰ ਜੀ, ਜਿਹੜਾ ਪੰਜਾਬ ਸਰਕਾਰ ਦੀ ਮੈਂ ਕਹਿ ਰਿਹਾ ਸੀਗਾ,
ਜਿਹੜੀਆਂ ਪਾਲਿਸੀਸ 2 ਸਾਲ ਅਸੀਂ ਜਿਹੜਾ ਕੰਮ ਕੀਤਾ, ਜਿਹੜਾ ਕੰਮ ਲੋਕਾਂ ਨੇ ਕੀਤਾ, ਜਿਹੜਾ ਕੰਮ ਸਕੂਲਾਂ ਲਈ, ਹਸਪਤਾਲਾਂ ਲਈ, ਰੋਡਸ ਵਾਸਤੇ ਜਿਹੜਾ ਕੰਮ ਕੀਤਾ, ਖਾਸ ਤੌਰ ਤੇ ਜਿਹੜਾ ਹੁਣੇ ਪੰਜਾਬ ਦੇ ਅੰਦਰ ਜਿਹੜਾ ਪੁਲਿਸ ਫੋਰਸ ਨੂੰ ਜਿਹੜੀਆਂ ਗੱਡੀਆਂ, ਨਵੀਂ ਕਿਸਮ ਦੀਆਂ ਟਰੱਕ ਸਿਸਟਮ, ਜਿਹੜਾ ਬਹੁਤ ਪਿੱਛੇ ਕਵਾੜ ਪਿਆ ਸੀਗਾ ਪਿਛਲੀਆਂ ਸਰਕਾਰਾਂ ਨੇ ਜਿਹੜੀ ਕੋਈ ਮਦਦ ਨਹੀਂ ਸੀ ਕੀਤੀ, ਹੁਣ ਮਾਨ ਸਾਹਿਬ ਨੇ ਪੰਜਾਬ ਦੀ ਪੁਲਿਸ ਨੂੰ ਜਿੱਦਾਂ ਮਜ਼ਬੂਤ ਕੀਤਾ, ਜਿਸ ਢੰਗ ਦੇ ਨਾਲ ਹੁਣ ਨਵੀਆਂ ਨਵੀਆਂ ਗੱਡੀਆਂ, ਨਵਾਂ ਨਵਾਂ ਸਿਸਟਮ ਆ ਰਿਹਾ, ਪੰਜਾਬ ਦੇ ਲੋਕਾਂ ਦੀ ਸਿਹਤ, ਪੰਜਾਬ ਦੇ ਲੋਕਾਂ ਦੀ ਐਜੂਕੇਸ਼ਨ, ਚੰਗੇ ਸਕੂਲ, ਚੰਗੇ ਹਸਪਤਾਲ, ਚੰਗੀ ਸੜਕ ਸੁਰੱਖਿਆ, ਸੜਕ ਕਿਹੜੀ ਗੱਲ ਤੋਂ ਰੌਲਾ ਪੈ ਰਿਹਾ? ਇਸੇ ਗੱਲ ਤੋਂ ਪੈ ਰਿਹਾ ਕਿ ਸੁਣ ਨਹੀਂ ਸਕਦੇ? ਇਹ ਦੱਸਣ ਕਦੇ ਇਤਿਹਾਸ ਚ ਦੇਖਿਆ ਇਹਨਾਂ ਨੇ? ਸੋ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਲੋਕਾਂ ਨੇ ਜਿਸ ਆਸ ਦੇ ਨਾਲ ਵੋਟਾਂ ਪਾਈਆਂ ਸੀਗੀਆਂ, ਉਹ ਹਰ ਕੰਮ ਜਿਹੜਾ ਪਹਿਲ ਦੇ ਆਧਾਰ ਦੇ ਉੱਤੇ ਮਾਨ ਸਾਹਿਬ ਦੀ ਸਰਕਾਰ ਪੰਜਾਬ ਚ ਕਰ ਰਹੀ ਹੈ। ਬਸ ਵਿਰੋਧੀ ਧਿਰ ਕੋ ਬਰਦਾਸ਼ਤ ਨਹੀਂ ਹੁੰਦਾ ਰੌਲਾ ਪਾਉਣ ਤੋਂ ਬਿਨਾਂ, ਹੋਰ ਕੁਛ ਨਹੀਂ, ਨਾ ਤੇ ਸੁਣਦੇ ਆ ਨਾ ਕਰਦੇ ਆ। ਸੋ ਮੈਂ ਕਹਿਣਾ ਚਾਹੁੰਦਾ ਕਿ ਗਵਰਨਰ ਸਾਹਿਬ ਨੇ ਜਿਹੜਾ ਭਾਸ਼ਣ ਪੜਿਆ, ਇਹ ਭਾਸ਼ਣ ਦੀ ਪ੍ਰੋੜਤਾ ਕਰਦਾ, ਉਹਨਾਂ ਦਾ ਧੰਨਵਾਦ ਕਰਦਾ ਕਿ ਪੰਜਾਬ ਸਰਕਾਰ ਦੇ ਕੰਮਾਂ ਨੂੰ ਬੜੇ ਅੱਛੇ ਢੰਗ ਦੇ ਨਾਲ ਜਿਹੜਾ ਉਹ ਪੇਸ਼ ਕੀਤਾ ਗਿਆ। ਔਰ ਇਹ ਵਚਨ ਵੀ ਦਿੰਦੇ, ਪੂਰੀ ਦੁਨੀਆ ਜਿਹੜੀ ਬਣਦੀ ਹੈ, ਪੂਰੀ ਦੁਨੀਆ ਇਸ ਵੇਲੇ ਵੇਖ ਰਹੀ ਹੈ ਉਸ ਦੇ ਵਿਚ ਕਿ ਲੋਕ ਕਰ ਕੀ ਰਹੇ, ਇਹ ਕਿੱਦਾਂ ਪੰਜਾਬ ਦਾ ਨੁਕਸਾਨ ਕਰ ਰਹੇ। 75 ਸਾਲ ਸਰ ਇਹਨਾਂ ਨੇ ਬਹੁਤ ਨੁਕਸਾਨ ਕੀਤਾ, ਸਰ 75 ਸਾਲ ਪੰਜਾਬ ਦੇ ਬਰਬਾਦ ਕਰਦੇ ਆ। ਅੱਜ ਕੋਈ ਚੰਗੀ ਸਰਕਾਰ ਆਈ ਹੈ, ਉਹਨੂੰ ਵੀ ਨੀ ਕੰਮ ਕਰਨ ਦਿੰਦੇ, ਉਹਦੇ ਰਾਹ ਚ ਰੋੜਾ ਅਟਕਾਉਂਦੇ ਆ। ਸੋ ਮੈਂ ਸਰ ਇਹਨਾਂ ਸ਼ਬਦਾਂ ਦੇ ਨਾਲ ਗਵਰਨਰ ਸਾਹਿਬ ਦੇ ਇਸ ਭਾਸ਼ਣ ਦਾ ਜਿਹੜਾ ਉਹ ਪ੍ਰੋਤਸਾਹ ਕਰਦਾ, ਧੰਨਵਾਦ ਕਰਦਾ ਕਿ ਉਹਨਾਂ ਨੇ ਪੰਜਾਬ ਦੀ ਜਿਹੜੀ ਤਸਵੀਰ ਪੇਸ਼ ਕੀਤੀ ਆ ਉਹ ਬਿਲਕੁਲ ਵਧੀਆ ਕੀਤੀ ਹੈ। ਔਰ ਬਹੁਤ ਹੀ ਤਾਰੀਫ ਜੋ ਜਿਹੜਾ ਕੰਮ ਹੈ ਉਹਨਾਂ ਨੇ ਕੀਤਾ, ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿੱਤਾ। ਸਰਦਾਰ ਅਮਰਿੰਦਰ ਸਿੰਘ ਰਾਜਾ ਬੜਿੰਗ, ਅਮਰਿੰਦਰ ਰਾਜਾ ਬੜਿੰਗ ਜੀ, ਰਾਜਾ ਬੜਿੰਗ ਜੀ, ਸ਼੍ਰੀ ਅਮਰਿੰਦਰ ਸਿੰਘ ਰਾਜਾ ਬੜਿੰਗ ਜੀ, ਤੁਹਾਡਾ ਧਿਆਨ ਭਜੀ ਰਾਜਾ ਬੜਿੰਗ ਜੀ, ਤੁਹਾਨੂੰ ਬੋਲਣ ਦਾ ਮੌਕਾ ਦੇ ਰਿਹਾ, ਤੁਹਾਨੂੰ ਟਾਈਮ ਦੇ ਰਿਹਾ ਤੁਹਾਨੂੰ ਮੈਂ ਰਾਜਾ ਬੜਿੰਗ ਜੀ, ਤੁਹਾਡਾ ਟਾਈਮ ਹੈ 15 ਤੋਂ 20 ਮਿੰਟ, ਤੁਹਾਡੀ ਪਾਰਟੀ ਲੈ ਕੇ ਭੇਜਿਆ ਰਾਜਾ ਬੜਿੰਗ ਜੀ, ਤੁਹਾਡਾ 15 ਤੋਂ 20 ਮਿੰਟ ਟਾਈਮ ਆ, ਤੁਹਾਨੂੰ ਬੋਲਣ ਦਾ ਮੌਕਾ ਦਿੱਤਾ ਜਾ ਰਿਹਾ। ਤੁਸੀਂ ਪੰਜਾਬ ਦੇ ਪੱਖ ਦੀ ਕੋਈ ਗੱਲ ਕਰਨੀ ਹੋਵੇ ਰਾਜਾ ਬੜਿੰਗ ਜੀ, ਕੋਈ ਪੰਜਾਬ ਦੀ ਗੱਲ ਕਰਨੀ ਹੋਵੇ, ਤੁਹਾਨੂੰ ਮਾਈਕ ਦਾ ਟਾਈਮ ਦੇ ਰਹੇ ਆਪਾਂ ਰਾਜਾ ਬੜਿੰਗ ਜੀ, ਤੁਹਾਨੂੰ ਟਾਈਮ ਦੇ ਰਹੇ ਹਾਂ, 15 ਤੋਂ 20 ਮਿੰਟ ਤੁਹਾਡੀ ਪਾਰਟੀ ਨੇ ਟਾਈਮ ਲੈ ਕੇ ਦਿੱਤਾ, ਤੁਸੀਂ ਕੋਈ ਗੱਲ ਕਰਨਾ ਚਾਹੁੰਦੇ ਹੋ? ਕੋਈ